ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਗਜੀਤ ਸਿੰਘ ਡੱਲ। ਅੱਜ ਪਹੁੰਚੇ ਹਾਂ ਅੰਮ੍ਰਿਤਸਰ ਦੇ ਵਿੱਚ, ਜਿੱਥੋਂ ਤੱਕ ਇੱਕ ਪਿਛਲੇ ਦਿਨੀ ਬਜ਼ੁਰਗ ਦੀ ਬਖਸ਼ੀਸ਼ ਸਿੰਘ, ਜਿਸ ਦਾ ਨਾਂ ਸੀ, ਵੀਡੀਓ ਵਾਇਰਲ ਹੋਈ ਸੀ ਅਤੇ ਆਪਣਾ ਜਿਹੜਾ ਹੱਥ 'ਤੇ ਉਹਦੇ ਸੱਟ ਲੱਗੀ ਸੀ ਅਤੇ ਤਾਂ ਵੀ ਜਿਹੜਾ ਉਹ ਆਪਣਾ ਰਕਸ਼ਾ ਚਲਾ ਕੇ ਗੁਜ਼ਾਰਾ ਕਰ ਰਿਹਾ ਸੀ। ਉੱਥੇ ਹੀ ਉਹਨਾਂ ਨੂੰ ASI ਦਲਜੀਤ ਸਿੰਘ ਜੀ ਮਿਲੇ, ਸਮਾਜ ਸੇਵੀ, ਜਿਨ੍ਹਾਂ ਨੇ ਉਹਨਾਂ ਦੀ ਬਾਂਹ ਫੜੀ। ਅੱਜ ਵੀ ਅਸੀਂ ਉੱਥੇ ਹੀ ਪਹੁੰਚੇ ਹਾਂ। ਸਾਡੇ ਨਾਲ ਨੇ ਸਰਦਾਰ ASI ਦਲਜੀਤ ਸਿੰਘ ਜੀ, ਸਮਾਜ ਸੇਵੀ ਅੰਮ੍ਰਿਤਸਰ ਵਾਲੇ, ਅਤੇ ਨਾਲ ਹੀ ਸਾਡੇ ਨਾਲ ਬਜ਼ੁਰਗ ਨੇ ਬਾਬਾ ਬਖਸ਼ੀਸ਼ ਸਿੰਘ ਜੀ, ਅਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਤੁਹਾਨੂੰ ਵਿਖਾਉਂਦੇ ਹਾਂ ਕਿ ਜਿਹੜੀ ASI ਦਲਜੀਤ ਸਿੰਘ ਨੇ ਜਿਹੜੀ ਆ ਬਾਬਾ ਜੀ ਦੀ ਬਾਂਹ ਫੜੀ ਆ ਅਤੇ ਸੇਵਾ ਲਈ ਉਹਨਾਂ ਦੀ, ਕਿਸ ਤਰ੍ਹਾਂ ਦੀ ਜਿਹੜੀ ਸੇਵਾ ਕਰਦੇ ਆ ਅਤੇ ਕੀ ਜਿਹੜੀ ਆ ਉਹ ਸੇਵਾ ਅੱਗੇ ਕਰਨਗੇ, ਆਓ ਤੁਹਾਨੂੰ ਮਿਲਾਉਂਦੇ ਹਾਂ। ਇਹ ਜੀ ਬਾਪੂ ਜੀ ਜਿੱਥੇ ਰਹਿੰਦੇ ਆ, ਆਹ ਛੋਟੀ ਜਿਹੀ ਕੁੱਲੀ ਆ, ਵੇਖੋ ਰਜਾਈਆਂ ਬਹੁਤ ਹੀ ਗੰਦ ਚੜਿਆ ਹੋਇਆ ਔਰ ਇੰਨੀ ਗੰਦਗੀ ਆ ਵੀ ਇੱਥੇ ਖੜ੍ਹੇ ਹੋਣ ਨੂੰ ਜੀ ਨਹੀਂ ਕਰਦਾ। ਬਾਪੂ ਜੀ ਮੇਰਾ ਨਾਮ ਨਾ ਦਲਜੀਤ ਸਿੰਘ ਆ, ਥਾਣੇ ਥਾਣੇਦਾਰ ਦਲਜੀਤ ਸਿੰਘ ਕਹੀ ਜਾਣਾ, ਠੀਕ ਹੈ? ਜਿਹੜਾ ਤੁਹਾਡੇ ਕੋਲ ਆਵੇ ਥਾਣੇਦਾਰ ਦਲਜੀਤ ਸਿੰਘ ਕਰੋ ਭਾਈ, ਫਿਰ ਦੁਬਾਰਾ ਦੇ ਦੇ ਮੱਠੀਆਂ ਮੈਨੂੰ ਦੇ ਦਿਓ। ਨਹੀਂ ਨਹੀਂ ਕੋਈ ਨਹੀਂ, ਹੁਣ ਆਪਾਂ ਸ਼ੋਰਟਸ ਕਰ ਲੈ। ਰਾਮਗੜੋਂ ਫੌਜ ਸਾਡੀ ਲੜਨ ਵਾਸਤੇ ਦਰਬਾਰ ਸਾਹਿਬ ਭੇਜਦੇ ਤੇ ਉੱਥੋਂ ਇਹਨਾਂ ਨੇ ਸਾਰਿਆਂ ਨੇ ਨੌਕਰੀ ਛੱਡ ਦਿੱਤੀ, ਨੱਠ ਗਏ। ਕੋਈ ਉਹਨਾਂ ਗੌਰਮੈਂਟ ਨੇ ਪਕੜ ਕੇ ਤੇ ਫਿਰ ਕੋਈ ਫੜ ਲਏ, ਕੋਈ ਅਸਲਾ ਵਾਪਸ ਲੈ ਲਿਆ, ਕੋਈ ਨੱਠ ਗਏ, ਕੋਈ ਫੜੇ ਗਏ ਅਤੇ ਫਿਰ ਇਹਨਾਂ ਨੇ ਉਹ ਨੌਕਰੀ ਜਿਹੜੀ ਹੋਰ ਛੱਡ ਦਿੱਤੀ, ਰਿਜਾਇਨ ਦੇ ਦਿੱਤਾ ਅਤੇ ਫਿਰ ਆਉਂਦੇ ਵੀ ਦਰਬਾਰ ਸਾਹਿਬ 'ਤੇ ਅਸੀਂ ਸਾਡੇ ਨਾਲ ਲੜਾਈ ਲੜਾਓ, ਪਾਕਿਸਤਾਨ ਦੀ ਲੜਾਓ, ਅਸੀਂ ਲੜਾਂਗੇ, ਧਾਰਮਿਕ ਕਿਸੇ ਸਥਾਨ 'ਤੇ ਅਸੀਂ ਨਹੀਂ ਗੋਲੀ ਛਿੱਕਾ ਚਲਾਵਾਂਗੇ। ਫਿਰ ਇਹਨਾਂ ਨੇ ਇੱਥੇ CRP ਲਾ ਦਿੱਤੀ ਦਰਬਾਰ ਸਾਹਿਬ 'ਤੇ, ਫਿਰ ਇਹਨਾਂ ਜੋ ਵੀ ਮਨਮਾਨੀ ਕੀਤੀ ਦਰਬਾਰ ਸਾਹਿਬ ਢਾਹ ਢੂਹ ਦਿੱਤਾ, ਸਵੇਰੇ ਸਵੇਰੇ ਅੰਦਰ ਟੈਂਕ ਵਾੜ ਦਿੱਤੇ, ਬੜਾ ਕੁਛ ਹੋਇਆ। ਜਿਹੜੇ ਕੋਈ ਬੰਦੇ ਬਹੁਤ ਜ਼ਿਆਦਾ ਦੁਨੀਆ ਮਰ ਚੁੱਕੀ ਉਹ ਹਾਂ ਘੱਲੂਘਾਰੇ ਦੇ ਵਿੱਚ। ਫਿਰ ਅਸੀਂ ਉਦੋਂ ਨੌਕਰੀ ਛੱਡ ਕੇ ਅਤੇ ਫਿਰ ਅਸੀਂ ਆਖਿਆ ਵੀ ਅਸੀਂ ਨੌਕਰੀ ਉੱਥੇ ਪਕੜ ਕੇ ਲੈ ਗਏ ਸਾਨੂੰ, ਅਤੇ ਫਿਰ ਅਸੀਂ ਡਿਸਚਾਰਜ ਆ ਗਏ। ਭਵਨ ਦੇ ਸਾਹਮਣੇ ਪਰੇ ਨੂੰ ਜਾ ਰਿਹਾ ਮੋੜਨ ਡਿਆ, ਅਤੇ ਇੱਕ 40 ਦੀ ਸਪੀਡ 'ਤੇ ਕਾਰ ਆਈ ਕਾਲੇ ਜਿਹੇ ਰੰਗ ਦੀ, ਨੰਬਰ ਤਾਂ ਨਹੀਂ ਸ਼ਾਇਦ ਵੇਖਿਆ, ਅਤੇ ਉਹ ਵੀ ਕੋਈ ਸਰਕਾਰੀ ਮੁਲਾਜ਼ਮੀ, ਉਹਨੇ ਵਿੱਚ ਕਾਰ ਮਾਰੀ। ਜਦੋਂ ਮੇਰੇ ਥੱਲਿਓਂ ਠੇਲਾ ਨਿਕਲ ਗਿਆ, ਮੈਂ ਸੜਕ 'ਚ ਡਿੱਗ ਪਿਆ ਅਤੇ ਇੱਥੋਂ ਗੁੱਟ ਟੁੱਟ ਗਿਆ, ਕਰੈਕ ਹੋ ਗਈ ਗੱਡੀ। ਫਿਰ ਉਹਨੇ ਐਕਸਰਾ ਵੀ ਕਰਾਇਆ, ਥੋੜ੍ਹੇ ਜਿਹੇ ਪੈਸੇ ਵੀ ਦਿੱਤੇ ਅਤੇ ਉਹ ਹਸਪਤਾਲ ਜਿਹੜਾ ਦਿਲ ਦਾ ਹਸਪਤਾਲ ਆ ਉੱਥੇ ਸਾਹਮਣੇ ਅਲਫਾ ਵਨ ਦੇ, ਉੱਥੇ ਐਕਸਰਾ ਕਰਾ ਕੇ ਗਏ, ਦਵਾਈ ਦਵਾ ਕੇ ਗਏ ਅਤੇ ਪੈਸੇ ਮੇਰੀ ਜੇਬ 'ਚ ਸੀ, ਕੋਟ ਦੇ ਵਿੱਚ, ਕੁਛ ਮੇਰੇ ਸੀ, ਕੁਛ ਉਹਨਾਂ ਨੂੰ ਵੀ ਨਹੀਂ ਦਿੱਤੇ, ਅਤੇ ਉਹ ਇੱਕ ਭਾਈ ਸੀ ਨਾਲ ਅੰਦਰ ਵੜ ਗਿਆ, ਉਹ ਕੱਢ ਕੇ ਲੈ ਗਿਆ ਅਤੇ ਮੈਂ ਫਿਰ ਖਾਲੀ ਹੋ ਗਿਆ। ਫਿਰ ਇੱਕ ਕਾਰ ਵਾਲਾ ਬੰਦਾ ਇੱਥੇ ਕਾਰ ਵੇਚਦੇ ਆ ਸਾਹਮਣੇ ਫਰੀਡਮ ਵਾਲੇ ਬਾਜ਼ਾਰ 'ਚ, ਉਹ ਮੌਕਾ 'ਤੇ ਮੈਨੂੰ ਮਿਲ ਪਏ। ਫਿਰ ਉਹਨਾਂ ਥੋੜ੍ਹੇ ਜਿਹੇ 500-700 ਰੁਪਈਆ ਦਿੱਤਾ ਅਤੇ ਮੈਂ ਸਵੇਰੇ ਜਾ ਕੇ ਪੱਟੀਆਂ ਪੁੱਟੀਆਂ ਕਰਾਈਆਂ, ਦਵਾਈ ਦਵੂਈ ਲਿਆਂਦੀ, ਠੇਲਾ ਵੀ ਟੁੱਟ ਟੁੱਟ ਗਿਆ, ਸਾਰੇ ਗੁੜਕੇ ਗੜਕੇ ਟੁੱਟ ਗਏ, ਫਿਰ ਦੁਬਾਰੇ ਨਵੇਂ ਪਵਾਏ ਪਿਆ ਸੀਗਾ। ਡਿਊਟੀ 'ਤੇ ਆਉਣ ਦੇ ਦੌਰਾਨ ਮੈਂ ਦੇਖਿਆ ਕਿ ਇੱਕ ਬਜ਼ੁਰਗ ਜਿਹੜੇ ਸੀ ਉਹ ਇੱਕ ਹੱਥ ਨਾਲ ਰੇਹੜੀ ਚਲਾ ਰਹੇ ਆ, ਇੱਕ ਹੱਥ 'ਤੇ ਪੱਟੀ ਲਪੇਟੀ ਹੋਈ ਆ, ਅਤੇ ਮੈਂ ਅੱਗੇ ਆ ਕੇ ਅਤੇ ਮੈਂ ਰੁਕ ਗਿਆ ਅਤੇ ਫਿਰ ਮੈਂ ਬਜ਼ੁਰਗਾਂ ਨੂੰ ਰੋਕ ਕੇ ਅਤੇ ਮੈਂ ਪੁੱਛਿਆ ਇਹਨਾਂ ਦੇ ਘਰ ਦੇ ਹਾਲਾਤਾਂ ਤੋਂ ਮੈਂ ਕੁਛ ਜਾਣੂ ਹੋਇਆ।
और इन्हों की सट बारे पता लगे भी इन्हों का हाथ फ्रैक्चर हो गया से, कोई एक्सीडेंट होया से वो हाथ जो है फ्रैक्चर हो गया सगा, तो इन्हों का जोड़े वो पट्टिया लपेटिया हुई से फटिया भी लपेटिया हुई सी। तो फिर सानू पता लगा भी बजुर्ग जोड़े आहर रेंदे आ घरों जोड़े आ बच्चे जोड़े आना नहीं पुछगिछ हैगी, तो ये जोड़े आ किसी के मकान किसी ने इन्हों वैसे ही तरसयोग हालत में ना तरस के आधार पर अपनी वहेली हवेली रखे हुआ। परसों तो लैके अज तक बहुत ही ऐसी मैं वीडियो पाई सी सोशल मीडिया से, तो परसों तो लैके तो अज तक बहुत ज़्यादा फोन आ रहे, बहुत लोगों के फोन हूँ भी आ खड़े खड़े एक फोन आया सी बापू जी की, बड़े लोग हैल्प करनी चाहते हैं और अगे आ के संस्थावां जिहड़ियां उह काम करना चाहुंदियां। कल एक फोन आया सी एक डॉक्टर साहबान का भी जे तुसीं चाहो तो असीं इन्हां दा इलाज भी जिहड़ा ओपरेट करवा दिंदे आ, तो वह असीं उन्हां डॉक्टर साहब नूं दिखावांगे और इन्हां दा ओपरेट भी करावांगे। इन्हां दा जिन्ना भी खर्चा होएगा, इन्हां दा रहन सहन का खर्चा होएगा, कोशिश करांगे इन्हां अच्छी जगह मिल जाए और इन्हां दी रहायश, इन्हां दा रहन बसेरा और इन्हां दा कपड़ा, इन्हां दा रोटी पानी, इन्हां दा दवा दारू वो असीं कोशिश करांगे सेवा अपने कोल ही दिंदी रहे। Thank you.